ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਨੇ ਵੀ ਅਸੀਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਹਾਂ ਪਰ ਸਾਡੇ ਤੋਂ ਉੱਠਿਆ ਨਹੀਂ ਜਾਂਦਾ। ਤਾਂ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਕਹਿੰਦੇ ਵੀ ਭਾਈ, ਜੇਕਰ ਤੁਸੀਂ ਸੱਚਮੁੱਚ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਹੋ ਨਾ, ਤਾਂ ਫਿਰ ਆਹ ਦੋ ਚਾਰ ਗੱਲਾਂ ਦਾ ਖਾਸ ਧਿਆਨ ਰੱਖੋ। ਪਹਿਲੀ ਗੱਲ, ਆਪਣੇ ਆਪ ਦਾ ਲਿਹਾਜ਼ ਕਰਨਾ ਛੱਡ ਦਿਓ। ਅਸੀਂ ਆਪਣੇ ਆਪ ਦਾ ਲਿਹਾਜ਼ ਕਰਦੇ ਹਾਂ, ਇਸੇ ਕਰਕੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ। ਆਪਣੇ ਆਪ ਦੇ ਉੱਤੇ ਸਖਤੀ ਕਰੋ, ਆਪਣੇ ਆਪ ਦੇ ਉੱਤੇ ਬੈਣ ਲਗਾਓ। ਆਪਣੇ ਮਨ ਨੂੰ ਰੋਜ਼ ਰਾਤ ਨੂੰ ਕਹਿ ਕੇ ਸੋਇਆ ਕਰੋ ਕਿ ਭਾਈ ਅੰਮ੍ਰਿਤ ਵੇਲੇ ਉੱਠਣਾ ਹੈ, ਤਾਂ ਬਸ ਉੱਠਣਾ ਹੈ, ਕੋਈ ਬਹਾਨਾ ਨਹੀਂ ਚਾਹੀਦਾ। ਜਿਵੇਂ ਸਾਨੂੰ ਬਾਕੀ ਦੇ ਸਾਰੇ ਕੰਮ ਬੜੇ ਜ਼ਰੂਰੀ ਲੱਗਦੇ ਆ, ਉਸੇ ਤਰ੍ਹਾਂ ਅੰਮ੍ਰਿਤ ਵੇਲੇ ਨੂੰ ਅਤੇ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਨੂੰ ਵੀ ਆਪਣਾ ਅੰਗ ਬਣਾਉਣਾ ਹੈ। ਜੇ ਕੋਈ ਸਰੀਰ ਦਾ ਅੰਗ ਕੱਟਿਆ ਜਾਵੇ, ਸੱਟ ਵੱਜ ਜਾਵੇ, ਤਾਂ ਕਿੰਨਾ ਦਰਦ ਹੁੰਦਾ ਹੈ। ਇਹੀ ਦਰਦ ਸਾਨੂੰ ਮਹਿਸੂਸ ਹੋਣਾ ਚਾਹੀਦਾ ਹੈ ਜਿਸ ਦਿਨ ਅਸੀਂ ਅੰਮ੍ਰਿਤ ਵੇਲੇ ਨਾ ਉੱਠ ਕੇ ਭਜਨ ਬੰਦਗੀ ਨਾ ਕਰੀਏ। ਜਦੋਂ ਆਪਾਂ ਇਸ ਤਰ੍ਹਾਂ ਅੰਮ੍ਰਿਤ ਵੇਲੇ ਨੂੰ, ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਨੂੰ ਜ਼ਰੂਰੀ ਸਮਝਾਂਗੇ, ਤਾਂ ਜ਼ਰੂਰ ਉੱਠ ਪਵਾਂਗੇ। ਜਿਵੇਂ ਸਾਡੇ ਤਨ ਨੂੰ ਭੋਜਨ ਦੀ ਲੋੜ ਆ, ਉਸੇ ਹੀ ਤਰ੍ਹਾਂ ਸਾਡੇ ਤਨ ਮਨ ਨੂੰ ਭਜਨ ਬੰਦਗੀ ਦੀ ਵੀ ਲੋੜ ਆ। ਇਹ ਗੱਲ ਵਾਰ ਵਾਰ ਆਪਣੇ ਮਨ ਨੂੰ ਸਮਝਾਉਣੀ ਆ, ਤਾਂ ਦੇਖਣਾ ਅੰਮ੍ਰਿਤ ਵੇਲੇ ਦੇ ਵਿੱਚ ਜ਼ਰੂਰ ਜਾਗ ਆਵੇਗੀ। ਇਹ ਅਸੀਂ ਆਪਣੇ ਮਨ ਨੂੰ ਖੁੱਲ੍ਹ ਦਿੱਤੀ ਆ, ਇਸੇ ਕਰਕੇ ਨਹੀਂ ਉੱਠਿਆ ਜਾਂਦਾ। ਰੋਜ਼ ਰਾਤ ਨੂੰ ਗੁਰਬਾਣੀ ਦਾ ਪਾਠ ਕਰਕੇ, ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਮੈਨੂੰ ਅੰਮ੍ਰਿਤ ਵੇਲੇ ਉਠਾ ਦੇਣਾ। ਇਹ ਅੰਮ੍ਰਿਤ ਵੇਲਾ ਆਖਰੀ ਸਵਾਸਾਂ ਤੱਕ ਨਿਭ ਜਾਵੇ। ਜਿੱਦਣ ਮੇਰਾ ਆਖਰੀ ਦਿਨ ਹੋਵੇ ਨਾ, ਉਸ ਦਿਨ ਵੀ ਮੈਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਬੰਦਗੀ ਕਰਕੇ ਜਾਵਾਂ। ਇਹ ਅਰਦਾਸ ਬੇਨਤੀ, ਇਹ ਮੰਗ ਹਰੇਕ ਸਿੱਖ ਨੂੰ ਰੋਜ਼ ਆਪਣੇ ਗੁਰੂ ਤੋਂ ਮੰਗਣੀ ਚਾਹੀਦੀ ਆ। ਜਿਸ ਦਿਨ ਆਪਾਂ ਇਹ ਮੰਗ ਮੰਗਣੀ ਸ਼ੁਰੂ ਕਰ ਦਿੱਤੀ, ਹੋਰ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਣੀ। ਆਪਣੇ ਲਈ ਅੰਮ੍ਰਿਤ ਵੇਲਾ ਮੰਗੋ, ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਦੇ ਲਈ ਅੰਮ੍ਰਿਤ ਵੇਲੇ ਦੀ ਅਰਦਾਸ ਬੇਨਤੀ ਕਰਕੇ ਸੋਵੋ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ 'ਤੇ ਤਰਸ ਕਰੋ, ਸਾਡੇ ਪਰਿਵਾਰ 'ਤੇ, ਸਾਡੇ ਬੱਚਿਆਂ 'ਤੇ ਤਰਸ ਕਰੋ, ਸਾਡੀਆਂ ਗਲਤੀਆਂ ਨੂੰ, ਸਾਡੀਆਂ ਭੁੱਲਾਂ ਨੂੰ ਮਾਫ਼ ਕਰ ਦਿਉ, ਸਾਡਾ ਭਲਾ ਕਰੋ। ਜਦੋਂ ਰੋਜ਼ ਰਾਤ ਨੂੰ ਇਸ ਤਰ੍ਹਾਂ ਭਜਨ ਬੰਦਗੀ ਕਰਕੇ, ਗੁਰੂ ਗੁਰੂ ਕਰਕੇ, ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਸੋਵਾਂਗੇ, ਆਪਣੇ ਮਨ ਨੂੰ ਪੱਕੀ ਤਾੜਨਾ ਕਰਕੇ ਸੋਵਾਂਗੇ ਵੀ ਮਨਾ ਸਵੇਰੇ ਜੋ ਮਰਜ਼ੀ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ, ਜ਼ਿੰਦਗੀ ਦੇ ਵਿੱਚ ਦੁੱਖ ਹੋਵੇ, ਸੁੱਖ ਹੋਵੇ, ਅੰਮ੍ਰਿਤ ਵੇਲੇ ਦਾ ਨਾਗਾ ਨਹੀਂ ਪੈਣਾ। ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਭਜਨ ਬੰਦਗੀ ਕਰਨੀ ਆ, ਬਾਕੀ ਦੇ ਕੰਮ ਬਾਅਦ ਵਿੱਚ ਆ। ਜਦੋਂ ਇਸ ਤਰ੍ਹਾਂ ਆਪਾਂ ਆਪਣੇ ਮਨ ਦੇ ਉੱਤੇ ਪੱਕੇ ਬੈਣ ਲਗਾਵਾਂਗੇ, ਮਨ ਨੂੰ ਸਖਤ ਤਾੜਨਾ ਦੇ ਕੇ ਸੋਵਾਂਗੇ, ਤਾਂ ਮਨ ਦੀ ਕੀ ਮਜਾਲ ਆ ਕਿ ਸਵੇਰੇ ਉੱਠਣ ਤੋਂ ਢੇਰੀ ਢਾ ਜਾਵੇ। ਇਹ ਮਨ ਹੀ ਢੇਰੀ ਢਾਉਂਦਾ ਹੈ, ਤਾਂ ਹੀ ਸਾਡਾ ਸਰੀਰ ਸਾਡਾ ਸਾਥ ਨਹੀਂ ਦਿੰਦਾ। ਜਦੋਂ ਮਨ ਵਿੱਚ ਪੱਕਾ ਧਾਰ ਕੇ ਸੋਵਾਂਗੇ, ਤਾਂ ਸਵੇਰੇ ਜ਼ਰੂਰ ਉੱਠ ਪਾਵਾਂਗੇ।